ਚੋਂ ਕੱਢਿਆ ਔਰ ਲੋਡਿਡ ਸੀ, ਉਹਨੇ ਕੱਖ ਵੀ ਨਹੀਂ ਕੀਤਾ, ਲੋਡ ਹੀ ਨਹੀਂ ਸੀ ਤਿਆਰ ਕਰਕੇ, ਤਾਂ ਪੁਲਿਸ ਦੀ ਕਾਹਦੀ, ਡਾਕਟਰ ਦੀ ਮਸਤੈਦੀ ਹੈ ਭਾਈ। ਅਗਲੀ ਗੱਲ ਤੁਸੀਂ ਵੇਖੋ, ਔਰ ਮੈਂ ਤੁਹਾਨੂੰ ਵਿਖਾਉਣ ਲੱਗਿਆ ਵੀਡੀਓ ਕਿ ਦੋ ਆਹ ਤਿੰਨ ਤਰੀਕ ਵਾਲੀਆਂ ਪਹਿਲੀ ਮੈਂ ਸਾਂਝਾ ਕਰ ਰਿਹਾ, ਉੱਥੇ ਫਿਰਦਾ ਰਿਹਾ, ਐੱਸ ਪੀ ਲੱਗੇ ਹੁਣ ਉੱਥੇ, ਐੱਸ ਪੀ ਨੂੰ ਵੀ ਪਤਾ ਫਿਰ ਰਿਹਾ ਕਿ ਉਹਨੂੰ ਫੜ ਕਿਉਂ ਨਹੀਂ ਰਹੇ, ਕਿ ਅੱਜ ਤੁਸੀਂ ਆਪਦੀ ਪੁਲਿਸ 'ਤੇ ਪਰਚਾ ਦਿਓਗੇ, ਪੁਲਿਸ ਦੀ ਨਲਾਇਕੀ ਹੈ। ਔਰ ਮੈਂ ਕਹੂੰਗਾ ਭਗਵੰਤ ਮਾਨ ਦੀ ਮਿਲੀ ਭੁਗਤ, ਮੈਂ ਤਾਂ ਕਹੂੰਗਾ ਕਿ ਤੁਸੀਂ ਤਾਂ ਮਰਵਾਉਣ ਤੱਕ ਗਏ ਹੋ, ਇਹ ਤਾਂ ਰੱਬ ਨੇ ਬਚਾ ਲਿਆ। ਆਹ ਵੀਡੀਓ ਵੇਖੋ ਜੀ ਬੜੇ ਧਿਆਨ ਨਾਲ, ਹੇਅਰ ਇਜ਼ ਨਰੈਣ ਸਿੰਘ ਚੌੜਾ, ਅੱਜ ਉਹਨੇ ਗ੍ਰੇ ਰੰਗ ਦਾ ਪਾਇਆ ਸੀ, ਆਹ ਕੱਲ੍ਹ ਦੀ ਹੈ ਜੀ ਇਹਦੇ ਲਾਈਟ ਬਲੂ ਟਰਬਨ ਅਤੇ ਬੇਜ ਰੰਗ ਦਾ ਆਹ ਸਵੈਟਰ ਪਾਇਆ ਹੋਇਆ। ਤੁਹਾਨੂੰ ਕੋਈ ਪੁਲਿਸ ਲੱਗ ਰਹੀ ਹੈ ਕਿ ਜੇ ਕੱਲ੍ਹ ਦਾ ਉੱਥੇ ਫਿਰਦਾ ਜੀ ਤੁਸੀਂ ਫੜਿਆ ਕਿਉਂ ਨਹੀਂ ਭਾਈ, ਤੁਹਾਡੀ ਕਾਹਦੀ ਮੁਸਤੈ ਜੀ। ਹੁਣ ਅਗਲੀ ਵੇਖੋ, ਇਹ ਹੁਣ ਆਰਾਮ ਨਾਲ ਆ ਜਾ ਰਿਹਾ, ਅਗਲੀ ਆਹ ਫੋਨ 'ਤੇ ਗੱਲ ਕਰਦਿਆਂ ਦੀ, ਆਹ ਬੰਦਾ ਜੀ ਕੁਛ ਆਹ ਬੰਦਾ ਫੋਨ 'ਤੇ ਗੱਲ ਕਰਦਿਆਂ ਦੀ ਮੌਜ ਨਾਲ ਤੁਰਿਆ ਫਿਰਦਾ, ਤਾਂ ਐਂ ਫਿਰਦਾ ਜਿਵੇਂ ਪੁਲਿਸ ਉਹਨੂੰ ਨਾਪ ਲੈ ਕੇ ਆਈ ਹੁੰਦੀ ਹੈ, ਮਤਲਬ ਉਹ ਤਾਂ ਏਡੀ ਉਹਦੀ ਚੜ੍ਹਾਈ ਜੀ। ਜਦੋਂ ਜਿਹਦੇ 'ਤੇ ਤੁਸੀਂ ਮੈਨੂੰ ਕਿ ਦੱਸ ਦਿਓ ਮੁਸਤੈਦੀ ਦਾ, 21 ਪਰਚੀ ਪਰਚੇ ਹੋਣ, 21 ਪਰਚੇ ਤਾਂ ਮੈਂ ਗਿਣਾ ਤੇ, 30 ਪਰਚੇ ਨੇ ਆਰ ਡੀ ਐਕਸ ਤੋਂ ਲੈ ਕੇ, ਕੀ ਕੁਛ ਰੋਕਦੇ ਨੇ ਆਰ ਡੀ ਐਕਸ ਤੋਂ, ਕੀ ਕੁਛ ਨਹੀਂ ਹੈ, ਅਤੇ ਤੁਹਾਨੂੰ ਉਹ ਤੁਰਿਆ ਫਿਰਦਾ ਪਤਾ ਹੀ ਨਹੀਂ ਲੱਗਿਆ। 175 ਬੰਦੇ ਤੁਸੀਂ ਕਿੱਥੇ ਲਾਏ ਸੀ, ਮਰਵਾਉਣ ਲਈ ਲਾਏ ਸੀ ਤੁਸੀਂ ਤਾਂ ਸਾਨੂੰ। ਅਗਲੀ ਵੀਡੀਓ, ਆਹ ਵੀਡੀਓ ਵੇਖੋ ਜੀ, ਜਿੱਥੇ ਸੁਖਬੀਰ ਜੀ ਬੈਠੇ ਆ ਸਾਹਮਣੇ, ਜਿੱਥੋਂ ਉਹ ਘੱਟਾ ਘੱਟ ਜਿੱਥੇ ਡਿਊਟੀ ਲੱਗੀ ਆ, ਆਹ ਸੁਖਬੀਰ ਜੀ ਇਸ ਪਾਸੇ ਬੈਠੇ ਆ ਜੀ, ਆਹ ਆ ਰਿਹਾ ਜੀ, ਜ਼ੂਮ ਕਰਦੇ, ਆਹ ਪੁਲਿਸ ਦੀ ਲਾਈਨ ਲੱਗੀ ਆ, ਉਹਨਾਂ ਨਾਲ ਤਾਂ ਗੱਲਾਂ ਮਾਰਨ ਡਿਆ ਉਹ। ਆਹ ਲਓ ਜੀ ਆ ਰਿਹਾ, ਆਹ ਪੁਲਿਸ ਦੀ ਲਾਈਨ ਹੈ, ਸੁਖਬੀਰ ਜੀ ਇੱਥੇ ਬੈਠੇ ਆ, ਆਹ ਗੰਗਾ ਉਹ ਜਿਹੜਾ ਆਪਣਾ ਗੰਗਾ ਜਲ ਜਿੱਥੇ ਪੈਰ ਧੋਂਦੇ ਆ ਉਹ ਹੈ ਚਰਨ ਗੰਗਾ, ਆਹ ਸਾਹਮਣੇ ਆਹ ਗੱਲ ਕਰ ਰਿਹਾ ਜੀ, ਆਹ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ, 3 ਤਰੀਕ ਦੀ ਹੈ, ਮਤਲਬ ਕਿ ਇਹ 2 ਦਿਨ ਉੱਥੇ ਰੈਕੀ ਕਰਦਾ ਰਿਹਾ ਕਿ ਮੈਂ ਮੌਕਾ ਕਿਹੜਾ ਵੇਖਣਾ, ਇਹ ਤਾਂ ਇਹਦੀ ਹਿੰਮਤ ਨਹੀਂ ਪਈ 3 ਤਰੀਕ ਨੂੰ, ਰੱਬ ਸੱਚੇ ਪਾਤਸ਼ਾਹ ਨੇ ਰੱਖਣੀ ਸੀ ਲਾਜ, ਨਹੀਂ ਤਾਂ ਅੱਜ ਕਿੱਥੇ ਸੇਵਾ ਅਤੇ ਕੀ ਕਿੱਥੇ, ਅੱਜ ਤਾਂ ਹੋਰ ਹੀ ਕੁਝ ਇੱਥੇ ਹਾਲਾਤ ਬਣੇ ਹੁੰਦੇ ਸਾਡੇ ਅੰਦਰ। ਆਹ 3 ਤਰੀਕ ਦੀ ਪੁਲਿਸ ਸਾਹਮਣੇ ਖੜੋਤੀ, ਇੱਕ ਵਾਂਟਿਡ ਟੈਰਰਿਸਟ ਉੱਥੇ ਮਿਲੀਟੈਂਟ ਫਿਰ ਰਿਹਾ, ਅਤੇ ਤੁਸੀਂ ਕਹਿੰਦੇ ਤੁਹਾਡੀ ਮੁਸਤੈਦੀ ਹੈ। ਹੁਣ ਅਗਲੀ, ਅੱਜ 4 ਤਰੀਕ ਦੀ, ਅੱਜ ਦੀ ਮੈਂ ਵਿਖਾਉਂਦਾ ਸਵੇਰ ਦੀ 9 ਵਜੇ ਦੀ, ਉਹ ਤਾਂ ਐਂ ਫਿਰਦਾ ਸੀ, ਸਾਰੇ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਨੇ ਪੂਰੀ ਰੈਕੀ ਕੀਤੀ ਆ, ਸੁਖਬੀਰ ਜੀ ਦੇ ਕਦੇ ਪਿੱਛੋਂ ਆ ਕੇ ਵੇਖਦਾ ਸੀਗਾ, ਇਹ ਤਾਂ ਸ਼ੁਕਰ ਕਰੋ ਰੱਬ ਨੇ ਬਚਾ ਲਿਆ ਜੀ, ਉਹਦੀ ਪਲੈਨਿੰਗ ਸੀ ਕਿ ਪਿੱਛੋਂ ਆ ਕੇ ਗੋਲੀ ਮਾਰ ਦਿਆਂ, ਮਤਲਬ ਇਸ ਤਰ੍ਹਾਂ ਰੱਖ ਕੇ, ਕਿਉਂਕਿ ਪਿੱਛੋਂ ਵੀ ਚੜ੍ਹਦਾ ਵੇਖੀਦਾ, ਉੱਤਰਦਾ ਵੇਖੀਦਾ। ਪੁਲਿਸ ਵਾਲਾ, ਇੱਕ ਵੀਡੀਓ ਇਹ ਵੀ ਆਉਂਦੀ ਹੈ ਕਿ ਇੱਕ ਪੁਲਿਸ ਵਾਲਾ ਸਿਵਲ ਡਰੈਸ 'ਚ ਉਹਦੇ ਮਗਰ ਵੀ ਜਾਂਦਾ, ਮਗਰ ਉਹਨੂੰ ਫੜਦੇ ਨਹੀਂ, ਉਹ ਤਾਂ ਐਂ ਕਰਦੇ ਜਿਵੇਂ ਕਿਸੇ ਨੂੰ ਗਾਈਡ ਕਰਕੇ ਲਿਆਏ ਹੁੰਦੇ ਕਿ ਆ ਜਾਓ ਜਨਾਬ, ਔਰ ਕਹਿੰਦੇ ਪੁਲਿਸ ਨੇ ਫੜਿਆ, ਤੁਸੀਂ ਸਾਰੀ ਪ੍ਰੈਸ ਉੱਤੇ ਸੀ, ਰੱਬ ਨੂੰ ਜਾਣ ਦੇਣੀ ਆ, ਤੁਸੀਂ ਦੱਸ ਦਿਓ ਭਾਈ ਫੜਿਆ ਕੀ ਨੇ, ਉਸ ਜਸਬੀਰ 'ਚ ਉਹਨੇ ਇਕੱਲੇ ਨੇ ਫੜ ਲਿਆ, ਉਹਨੇ ਜਾਨ ਬਚਾ ਲਈ, ਰੱਬ ਉਹਦੇ 'ਚ ਵਰਤ ਗਿਆ, ਨਹੀਂ ਤਾਂ ਇਹਨਾਂ ਤਾਂ ਮਰਵਾਤੀ ਸੀ ਗੋਲੀ ਮੁਸਤੈਦੀ, ਤਾਂ ਮੈਂ ਮੰਨਦਾ ਜੇ ਤੁਸੀਂ ਉਹਨੂੰ ਫੜਿਆ ਹੁੰਦਾ 3 ਤਰੀਕ ਦਾ ਜਾਂ 2 ਤਰੀਕ ਦਾ।
ਉਹ ਤਾਂ ਉੱਥੇ ਮੌਜ ਨਾਲ ਫਿਰਦਾ ਸੀ, ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਿਆ, ਅਤੇ ਪੁਲਿਸ ਆਪ ਦੀ ਪਿੱਠ ਥਪਥ ਪਾ ਰਹੀ ਹੈ। ਸ਼ਰਮ ਕਰ ਲਓ, ਕੁਝ ਤੁਹਾਡੀ ਨਹੀਂ ਬਣਦੀ। ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਨਾ ਬਣੇ ਭਗਵੰਤ ਮਾਨ, ਏਡੀ ਬੇਸ਼ਰਮੀ। ਪਹਿਲਾਂ ਤੂੰ ਸਿੱਧੂ ਮੂਸੇ ਵਾਲਾ ਮਰਵਾਤਾ, ਉਹਦੀ ਸਿਕਿਉਰਿਟੀ ਵਿਡਰਾਅ ਕਰਕੇ ਸੰਦੀਪ ਨੰਗਲ ਅੰਬੀਆ ਮਰਵਾਤਾ, ਅੱਜ ਤੂੰ ਸੁਖਬੀਰ ਸਿੰਘ ਬਾਦਲ ਨੂੰ ਮਰਵਾਉਣਾ ਚਾਹੁੰਦਾ। ਇੱਕ ਇੱਕ ਕਰਕੇ ਜਿੰਨੇ ਵਿਰੋਧੀ ਆ, ਜਿਹੜਾ ਭਗਵੰਤ ਮਾਨ ਨੂੰ ਕੁਐਸਚਨ ਕਰਦਾ ਉਹ ਟਾਰਗੇਟਡ ਲਿਸਟ ਨੇ ਚਲੇ ਕਿ ਉਹਨਾਂ ਨੂੰ ਕਿਵੇਂ ਨਾ ਕਿਵੇਂ ਮਰਵਾ ਦਿਓ। ਹਾਲਾਤ ਤਾਂ ਬਣਿਆ, ਤੂੰ ਵੀਡੀਓ ਵੇਖੋ ਜੀ ਅੱਜ ਦੀਆਂ ਸਾਰੀਆਂ। ਆਹ ਮੈਂ ਪਹਿਲਾਂ ਤੁਹਾਨੂੰ ਵਿਖਾਊਂਗਾ, 9 ਆਹ ਦੇਖੋ ਨਾ ਜੀ, ਆਹ ਗ੍ਰੇ ਕੱਪੜੇ ਮੈਂ ਵੇਚ ਰਿਹਾ, ਵੀਡੀਓ ਤਸੱਲੀ ਨਾਲ ਵੇਖਿਓ। ਅਗਲੀ ਵਿਖਾ, 9:13 ਅਗਲੀ ਵੀਡੀਓ, 9 ਇਹ ਜਿੱਥੇ ਅਸੀਂ 9:11 ਤੇ ਸਖਤਰੇ ਦੇ ਗੇਟ ਖਾਨੀ ਐਂਟਰ ਹੋਣ ਦੇ ਜੇ ਪ੍ਰਕਰਮਾਂ ਚ। ਹੁਣ ਮੈਂ 9:13 ਤੇ ਜਿੱਥੇ ਅਸੀਂ ਸਾਰੇ ਬਾਬਾ ਬੁੱਢਾ ਸਾਹਿਬ ਬੇਰ ਸਾਹਿਬ ਹੈ ਜਿੱਥੇ ਅਸੀਂ ਸੇਵਾ ਕਰ ਰਹੇ ਸੀ, ਤੁਸੀਂ ਵੀ ਸੀ ਉੱਥੇ, ਬਾਬਾ ਬੁੱਢਾ ਬੇਰ ਸਾਹਿਬ ਦੇ ਲੱਗ ਲੱਗ ਗਏ ਉੱਥੇ ਫਿਰਦਾ ਸੀ ਆਪਣੇ ਵਿੱਚ ਹੀ। ਮੈਂ ਫੇਰ ਵਿਖਾ ਰਿਹਾ ਉੱਥੋਂ, ਉੱਥੇ 9 ਮੈਂ ਪੂਰਾ ਕੀਰਤਨ ਤੇ ਉੱਠੇ, ਬਾਬਾ ਬੁੱਢਾ ਬੇਰ ਸਾਹਿਬ ਦੇ ਲੱਗ ਲੱਗ ਗਏ। ਔਰ ਇਹ ਬੰਦਾ ਕੋਈ, ਇਹ ਨਹੀਂ ਕਿ ਕੋਈ ਨਵਾਂ ਬੰਦਾ ਹੈ, ਮਤਲਬ 90 ਤੋਂ ਲੈ ਕੇ ਅੱਜ 2024 34 ਸਾਲ ਦਾ ਇਹਦਾ ਰਿਕਾਰਡ ਹੈ ਪੁਲਿਸ ਕੋਲ। ਔਰ ਤੁਸੀਂ 9:13 ਤੁਸੀਂ ਪ੍ਰੈਸ ਉੱਥੇ ਸੀ ਜਦੋਂ ਆਪਾਂ ਸੇਵਾ ਕਰਦੇ ਸੀ, ਵਿੱਚੋਂ ਲੰਘ ਕੇ ਗਿਆ ਐਂਡ ਉਹਦੇ ਕੋਲ 9 ਉਦੋਂ ਵਿੱਚ ਸੀ ਉਹਦੇ ਕੋਲ। ਤੁਸੀਂ ਵੇਖੋ ਪੁਲਿਸ ਦਾ ਫੇਲੀਅਰ। ਅਗਲੀ 9:14 ਤੇ ਘੰਟਾ ਘਰ ਗੇਟ ਦੇ ਥੱਲੇ ਇਹਨਾਂ ਨੇ ਲੱਗਣਾ ਜੇ ਹੁਣੇ ਜੀ ਇੱਥੋਂ ਆ ਵੇਖ ਆ ਗਿਆ ਪਿੱਛੋਂ ਫਿਰਦਾ ਕੁੱਤੇ ਜਾਣ ਨੂੰ। ਉੱਤੇ ਗੇਟ ਉਹੀ ਹੈ ਜਿੱਥੇ ਬਾਦਲ ਸਾਹਿਬ ਬੈਠੇ, ਪਹਿਲਾਂ ਇਹਨਾਂ ਨੇ ਦੂਜੀਆਂ ਪੌੜੀਆਂ ਚੜ੍ਹਨੀਆਂ, ਪਤਾ ਨਹੀਂ ਕਿਸੇ ਕਾਰਨ ਉੱਤੇ ਚੜ੍ਹੇ ਨਹੀਂ ਆ, ਫਿਰ ਇਹ ਉਰਲੀਆਂ ਪੌੜੀਆਂ ਦੇ ਉੱਤੇ ਚੜ੍ਹੇ। ਪਹਿਲਾਂ ਪਰਲੇ ਪਾਸੇ ਪੌੜੀਆਂ ਤੇ ਜਾਂਦਾ ਫਿਰ ਮੁੜੇ ਆਉਂਦਾ ਆ ਗਿਆ ਵਾਪਸ, ਹੁਣ ਚੜ ਗਿਆ। ਸੋ ਜਿਹੜੀਆਂ ਪੌੜੀਆਂ ਪਰਲੇ ਪਾਸੇ ਪਹਿਲਾਂ ਉੱਥੇ ਗਏ, ਦੈਨ ਹੀ ਕਮਸ ਬੈਕ, ਉੱਥੋਂ ਨਹੀਂ ਚੜੇ ਫਿਰ ਇੱਧਰ ਚੜਦਾ। ਹੁਣ 9:23 ਆਹ 14 ਉੱਤੇ ਚੜਿਆ ਆਹ ਸੁਖਬੀਰ ਜੀ, ਹੁਣ ਜਿੱਥੇ ਜਾ ਰਿਹਾ ਸੁਖਬੀਰ ਜੀ ਅੱਗੇ ਬੈਠੇ ਅਟੈਕ ਕੀਤਾ। ਮਤਲਬ ਪੁਲਿਸ ਤਾਂ ਲਈ ਫਿਰਦੀ ਰਹੀ ਆ ਉਹਨੂੰ VIP ਬਣ ਕੇ, ਨਾਮੀ ਬੰਦਾ ਨੋਨ ਪਰਸਨ, ਪੁਲਿਸ ਤਾਂ ਐ ਲਈ ਫਿਰਦੀ ਰਹੀ। ਜੇ ਇਹਨਾਂ ਨੇ ਵੇਖ ਲਿਆ, ਮੈਂ ਤੁਹਾਨੂੰ ਵਿੱਚ ਦਿਖਾ ਤੇ ਮੁਲਾਜ਼ਮ, ਇਹਨਾਂ ਨੇ ਫੜਿਆ ਕਿਉਂ ਨਹੀਂ ਭਾਈ? ਬਿਕੋਜ਼ ਦਿਸ ਵਾਜ਼ ਅ ਪ੍ਰੀ ਪਲੈਨਡ ਅਟੈਕ। ਸੁਖਬੀਰ ਜੀ ਨੂੰ ਅੱਜ ਜਾਨ ਤੋਂ ਮਾਰ ਹੀ ਦੇਣਾ ਸੀ ਜੀ, ਇਹ ਤਾਂ ਰੱਬ ਨੇ ਬਚਾਇਆ, ਹੋਰ ਕਿਸੇ ਨੇ। ਆ ਅਗਲੀ ਵੀਡੀਓ ਵੇਖੋ ਜੀ, 9:23 ਹੁਣ ਤੁਸੀਂ ਵੇਖੋ 14 ਇਹ ਉੱਤੇ ਚੜ੍ਹ ਕੇ ਜਿੱਥੇ ਸੁਖਬੀਰ ਜੀ ਬੈਠੇ ਮਗਰੋਂ ਆਇਆ।
ਫਿਰ ਉੱਥੋਂ ਮੁੜ ਕੇ ਉਹ ਗਿਆ ਲੰਗਰ ਦੇ ਉੱਤੋਂ ਦੀ ਫਿਰ ਘੁੰਮ ਕੇ ਆਇਆ ਆ ਫਿਰ ਉੱਥੋਂ ਨਹੀਂ ਅਗਲਾ ਆ ਦੇਖੋ ਉੱਧਰ ਦੀ ਉੱਤੋਂ ਦੀ ਘੁੰਮ ਕੇ ਆ ਰਿਹਾ ਬਾਹਰੋਂ ਇਹ ਜਿੱਥੋਂ ਉਸ ਪੁਆਇੰਟ ਤੇ ਤੁਰਿਆ ਆਉਂਦਾ ਇੱਕ ਮੈਨੂੰ ਦੱਸੋ ਇਹਦੇ ਨਾਲ ਕੋਈ ਅੱਗੇ ਤੁਹਾਨੂੰ ਪੁਲਿਸ ਵਾਲਾ ਦਿਖ ਰਿਹਾ ਜੀ ਮੁਸ਼ਤੈਦ ਪੁਲਿਸ ਵਾਲੇ ਇਹਨਾਂ ਦੇ ਜੇ ਜੀ ਮੁਸ਼ਤੈਦੀ ਸਿੱਧੂ ਮੂਸੇ ਵਾਲੇ ਵੇਲੇ ਦਿਖਾਈ ਸੀ ਉਹ ਮੁਸ਼ਤੈਦੀ ਦੇਖਣ ਨੂੰ ਮਿਲ ਗਈ ਜਿਹੇ ਜੀ ਮੁਸ਼ਤੈਦੀ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਕਰਾਉਣ ਨੂੰ ਵਿਖਾਈ ਸੀ ਉਹ ਮੁਸ਼ਤੈਦੀ ਦਿਖਣ ਦੀ ਆ ਜਿਹੇ ਜੀ ਮੁਸ਼ਤੈਦੀ ਨੰਗਲ ਅੰਬੀਆਂ ਨੂੰ ਮਰਾਉਣ ਲਈ ਵਿਖਾਈ ਸੀ ਉਹ ਮੁਸ਼ਤੈਦੀ ਦਿਸਣ ਦੀ ਆ ਜਿਹੜੀ ਮੁਸ਼ਤੈਦੀ ਆਪਣੇ ਹੈੱਡਕੁਆਟਰਾਂ 'ਤੇ ਰਾਕਟ ਲਾਂਚਰ ਅਟੈਕ ਹੋਏ ਸੀ ਉਹਦੀ ਮੁਸ਼ਤੈਦੀ ਦਿਖਣ ਦੀ ਆਹ ਦੇਖੋ ਇੱਥੇ ਆਹ ਤੁਰਿਆ ਹੁੰਦਾ ਜੀ ਮੌਜ ਨਾਲ ਕਿੱਥੇ ਪੁਲਿਸ ਰੋਕਣ ਦੀ ਇਹਨੂੰ ਐਂਡ ਪੂਰਾ ਚੱਕਰ ਲਿਆ ਹੁਣੇ ਗਿਆ ਉਹ ਲੰਗਰ ਹਾਲ ਦੀ ਉੱਤੋਂ ਦੀ ਘੁੰਮ ਕੇ ਉੱਤੋਂ ਦੀ ਘੁੰਮ ਕੇ ਆਉਣ ਡਿਆ ਅਗਲੀ ਦਿਖਾਈ ਨਾ ਹੁਣ ਮੈਂ ਤੁਹਾਨੂੰ ਵਿਖਾਊਂਗਾ 9/28 ਦੀ ਅਟੈਕ ਵਾਲੀ ਨਾ ਸਾਰੀ ਆਰਾਮ ਨਾਲ ਵਿਖਾਈ ਤੁਸੀਂ ਦੱਸਿਓ ਪੁਲਿਸ ਹੈ ਕਿੱਥੇ ਸਾਰੀਆਂ ਭੇਜ ਰਿਹਾ ਜੀ ਤੁਹਾਨੂੰ ਮਿੰਟ ਬਾਏ ਮਿੰਟ ਭੇਜੀ ਜਾ ਰਹੇ ਤੁਹਾਨੂੰ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਨੂੰ ਜੋ ਵਿਰੋਧੀ ਨੇ ਉਹ ਕਹਿ ਰਹੇ ਨੇ ਕਿ ਇਹ ਸਜ਼ਾ ਜਿਹੜੀ ਹੈ ਥੋੜ੍ਹੀ ਬਹੁਤ ਤਰ੍ਹਾਂ ਦੀ ਸੀਗੀ ਉਹ ਹੋ ਸਕਦੀ ਸੀ ਲੇਕਿਨ ਸੁਖਬੀਰ ਸਿੰਘ ਬਾਦਲ ਲਗਾਤਾਰ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਤੁਸੀਂ ਇਹ ਵੇਖੋ ਜਿੱਥੇ ਪੈਰ ਧੋਂਦੇ ਚਰਨ ਗੰਗਾ ਉਹ ਵੀ ਟੱਪ ਗਿਆ ਔਰ ਆਹ ਲਓ ਜੀ ਆਰਾਮ ਨਾਲ ਆਹ ਦੇਖੋ ਅੱਜ ਵਾਲੇ ਕੱਪੜੇ ਆ ਆਰਾਮ ਨਾਲ ਜਾ ਰਿਹਾ ਪੁਲਿਸ ਕਿੱਥੇ ਹੈ ਜੀ ਮੈਂ ਪੁੱਛਦਾ ਮੁਸ਼ਤੈਦ ਪੁਲਿਸ ਹੈ ਕਿੱਥੇ ਇਟ ਇਜ਼ ਦਿਸ ਜਸਵੀਰ ਸਿੰਘ ਜਿਹੜਾ ਪੰਜਾਬ ਪੁਲਿਸ ਆਪ ਉਹਨੂੰ ਵਿੱਚ ਹਾਲ ਦੱਸਾਂ ਕੀ ਹੈ ਜੀ ਅੱਜ ਕੀ ਹੋ ਰਿਹਾ ਪੰਜਾਬ ਪੁਲਿਸ ਆਪ ਦੀ ਜਾਨ ਬਚਾਉਣ ਲਈ ਪਹਿਲਾਂ ਤਾਂ ਪ੍ਰੈਸ ਵਾਲੇ ਵੀਰਾਂ ਨੂੰ ਦੱਕੇ ਵੱਜੇ ਆ ਕਿ ਤੁਸੀਂ ਕਿਉਂ ਪੁਲਿਸ 'ਤੇ ਤਵਾ ਕਰ ਰਹੇ ਹੋ ਫਿਰ ਜਸਵੀਰ ਸਿੰਘ ਨੂੰ ਘੇਰ ਕੇ ਕਿਹਾ ਕਿ ਯਾਰ ਤੂੰ ਤਾਂ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੂੰ ਤਾਂ ਆਪਣੀ ਪੁਲਿਸ ਦੀ ਗੱਲ ਕਰ ਉਹ ਸਾਡਾ ਪਰਿਵਾਰ ਦਾ ਮੈਂਬਰ ਵੀ ਹੈ ਜਿਹਨੇ 22 ਸਾਲ ਸਾਡੇ ਨਾਲ ਸਵੇਰ ਦੁਪਹਿਰ ਰਾਤ ਦਿਨ ਰੋਟੀ ਸਾਂਝੀ ਕੀਤੀ ਉਹਦਾ ਸਾਡੇ ਨਾਲ ਵੀ ਕੋਈ ਰਿਸ਼ਤਾ ਉਹ ਤਾਂ ਉਹ ਹਿੰਮਤ ਵਿਖਾ ਗਿਆ ਉਹਦੇ ਸ਼ੁਕਰ ਕਰੋ ਰੱਬ ਦਾ ਉਹ ਬਚ ਗਿਆ ਤੁਸੀਂ ਕਿੰਨੀ 'ਚ ਹਿੰਮਤ ਵੇਖੀ ਤੁਸੀਂ ਕਿਸੇ 'ਚ ਇਹਦੀ ਹਿੰਮਤ ਵੇਖੀ ਜੀ ਗੋਲੀ ਚੱਲਦੀ ਹੋਵੇ ਪਿਸਟਲ ਕੌਕਟ ਹੋਵੇ ਗੋਲੀ ਨਿਕਲ ਰਹੀ ਹੋਵੇ ਅਗਲਾ ਸਿੱਧਾ ਭੱਜਿਆ ਉਹਦੇ ਵੱਲ ਨੂੰ ਕਿੱਥੇ ਹੈ ਪੰਜਾਬ ਪੁਲਿਸ ਦੀ ਜ਼ਿਲ੍ਹੇ ਦੀ ਪੁਲਿਸ ਹੀ ਇਜ਼ ਨੋਟ ਦਾ ਜ਼ਿਲ੍ਹਾ ਪੁਲਿਸ ਹੀ ਇਜ਼ ਪਰਸਨਲ ਸਿਕਿਉਰਿਟੀ ਡਿਪਲੋਇਡ ਵਿਦ ਸਰ ਪ੍ਰਕਾਸ਼ ਸਿੰਘ ਬਾਦਲ ਇਨ 2002 ਫਿਰ ਡਿਪਲੋਇਡ ਵਿਦ ਸੁਧਾਰ ਸੁਖਬੀਰ ਸਿੰਘ ਬਾਦਲ ਅੱਜ ਕਿਸਮਤ ਚੰਗੀ ਕਿ ਉਹ ਅੰਮ੍ਰਿਤਧਾਰੀ ਸਿੰਘ ਹੈ ਗੁਰੂ ਦੇ ਭੈਣਾ ਸਿੰਘ ਹੈ ਹੁਣ ਉਹ ਡਿਪਲੋਇਡ ਹੈ 2009 ਤੋਂ ਹਰਸਿਮਰਤ ਕੌਰ ਬਾਦਲ ਜੀ ਨਾਲ ਉਹ ਤਾਂ ਪਤਾ ਨਹੀਂ ਰੱਬ ਨੇ ਕੋਈ ਕਿਰਪਾ ਮਿਹਰ ਬਖਸ਼ਿਸ਼ ਇਹਦੇ ਰਾਹੀਂ ਕਰਾਉਣੀ ਸੀ ਕਿ ਅੱਜ ਉਹ ਨਾਲ ਡਿਊਟੀ 'ਤੇ ਕੱਲ੍ਹ ਦਾ ਹੀ ਆ ਰਿਹਾ ਕਿਉਂਕਿ ਉਹਨੂੰ ਹੁੰਦਾ ਗੁਰੂ ਘਰ ਚੱਲਿਆ ਨਾਲੇ ਮੈਂ ਸੇਵਾ ਕਰ ਲੂੰ ਨਾਲੇ ਮੈਂ ਡਿਊਟੀ ਕਰ ਲੂੰ
ਉਹ ਤਾਂ ਨਹੀਂ ਤਾਂ ਭੈਣ ਜੀ ਨਾਲ ਹੁੰਦਾ ਤੇ ਅੱਜ ਜਸਵੀਰ ਨਾਲ ਹੁੰਦਾ ਤੇ ਕੀ ਬਣ ਗਏ। ਸੀ ਐਸ ਐਫ ਸੁੱਤੀ ਪਈ ਕਿੱਥੇ ਤੁਹਾਨੂੰ ਸੀ ਐਸ ਐਫ ਦਾ ਮੁਲਾਜ਼ਮ? ਮੈਂ ਉਹਨਾਂ ਦਾ ਮੈਂ ਕਿਸੇ ਦੇ ਖਿਲਾਫ਼ ਨਹੀਂ, ਮਗਰ ਭਾਈ ਜਿਹਨੂੰ ਤੁਸੀਂ ਪ੍ਰੋਟੈਕਟ ਕਰ ਰਹੇ ਹੋ ਕਿੱਥੇ ਤੁਹਾਡੀ ਸੀ ਐਸ ਐਫ? ਇੱਕ ਉਹਨਾਂ ਦਾ ਮੁਲਾਜ਼ਮ ਮੇਰੇ ਨਾਲ ਖੜਾ ਆਪਦੇ ਵੱਡੇ ਬੌਸ ਨੂੰ ਕਹਾਣੀ ਪਾ ਰਿਹਾ, ਸਰ ਹਮ ਦੋ ਇੱਧਰ ਖੜੇ ਥੇ ਦੋ ਉੱਧਰ ਖੜੇ ਥੇ, ਜਿਹੇ ਜੀ ਕਾਰਵਾਈ ਗੌਰਵ ਯਾਦਵ ਅਤੇ ਪੰਜਾਬ ਦੀ ਪੁਲਿਸ ਪਾ ਰਹੀ ਹੈ, ਉਹ ਕਾਰਵਾਈ ਭਗਵੰਤ ਮਾਨ ਪਾ ਰਿਹਾ, ਉਹ ਕਾਰਵਾਈ ਸੀ ਐਸ ਐਫ ਪਾ ਰਹੀ ਹੈ, ਕਿੱਥੇ ਸੀ ਭਾਈ ਤੁਸੀਂ? ਸ਼ੋ ਮੀ ਵਨ ਵੀਡੀਓ ਵੇਅਰ ਸੀ ਐਸ ਐਫ ਇਜ਼ ਰਿਐਕਟਿੰਗ ਔਰ ਪੰਜਾਬ ਦੀ ਕਮਿਸ਼ਨਰ ਪੁਲਿਸ ਇਜ਼ ਰਿਐਕਟਿੰਗ। ਇਟ ਇਜ਼ ਓਨਲੀ ਪਰਸਨਲ ਸਿਕਿਉਰਿਟੀ ਜੋ ਜਿਹਨੇ ਰਿਐਕਟ ਕਰਕੇ ਬਚਾ ਲਿਆ, ਜਾਂ ਨਾਲ ਫਿਰ ਸੇਵਾਦਾਰ ਰਲ ਗਏ, ਪ੍ਰੈਸ ਵਾਲੇ ਵੀਰ ਵੀ ਆ ਗਏ, ਕੁਛ ਸੇਵਾਦਾਰ ਆ ਗਏ, ਤੁਸੀਂ ਰਲ ਮਿਲ ਕੇ ਉਹਨੂੰ ਓਵਰ ਪਾਵਰ ਕਰਤਾ, ਨਹੀਂ ਤਾਂ ਅਗਲੀ ਗੋਲੀ ਚੱਲ ਜਾਵੇ। ਮੈਨੂੰ ਇਹ ਗੱਲ ਦੱਸਣ ਕਿ ਜੇ ਉਹਦੇ ਮਗਰ ਇੱਕ ਹੋਰ ਅਟੈਕਰ ਹੁੰਦਾ, ਪਹਿਲਾਂ ਕਨਫਿਊਜ਼ਨ ਕਰਦਾ, ਦੂਜਾ ਗੋਲੀ ਮਾਰਦਾ, ਸਾਰੇ ਸਮਝਦੇ ਕਿ ਇੱਕ ਅਟੈਕਰ ਹੈ, ਇਹਨੂੰ ਫੜ ਲਓ, ਉਦੋਂ ਆ ਕੇ ਦੂਜਾ ਠੋਕ ਜਾਂਦਾ। ਔਰ ਇਹ ਹਾਲਾਤ ਮਤਲਬ ਬਣਾਏ ਜਾ ਰਹੇ ਆ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਮੋਡਰੇਟ ਲੀਡਰਸ਼ਿਪ ਨੂੰ ਖਤਮ ਕਰਤਾ ਜਾਵੇ, ਔਰ ਉਸ ਤੋਂ ਬਾਅਦ ਪੰਜਾਬ 'ਚ ਜੋ ਅੱਗ ਲੱਗਣੀ ਆ ਨਾ ਜੀ, ਇਹ ਹਿੰਦੂ ਸਿੱਖ ਏਕਤਾ ਐਵੇਂ ਨਹੀਂ ਕਾਇਮ ਹੋਈ ਸਨ, ਹਾਲਾਤ ਇੱਥੇ ਫਿਰ ਧਰਮਾਂ 'ਤੇ ਨਹੁੰ 'ਤੇ ਵੰਡੇ ਜਾਣੇ ਲੋਕ। ਆਹ ਜਿੰਨੇ ਵੀ ਨੇ ਮੈਂ ਦੇਖ ਰਿਹਾ, ਦੋ ਤਿੰਨ ਜਿਹੜਾ ਇੱਕ ਹੋਰ ਹੈ ਝੂਠਾ, ਜਿਹੜਾ ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਜਾਵੇ ਥਾਣੇ, ਉਹਦੇ ਬੰਦੇ ਵੈਲਕਮ ਕਰ ਰਹੇ, ਮਤਲਬ ਹੈਵ ਸਮ ਸ਼ੇਮ। ਪੰਜਾਬ ਨੂੰ ਤੁਸੀਂ ਅੱਗ ਬਾਲਣਾ ਚਾਹੁੰਦੇ ਹੋ, ਅੱਗ ਲਾਉਣਾ ਚਾਹੁੰਦੇ ਹੋ, ਭਗਵੰਤ ਮਾਨ 'ਤੇ ਕੋਈ ਕੰਟਰੋਲ ਨਹੀਂ ਹੋ ਰਿਹਾ, ਬਾਰਡਰ ਸਟੇਟ ਹੈ, ਤੁਸੀਂ ਕੀ ਇੱਥੋਂ ਸਾਰੇ ਚਾਹੁੰਦੇ ਕਿ ਛੱਡ ਕੇ ਭੱਜ ਜਾਣ ਸੂਬਾ ਪੰਜਾਬ? ਇਸ ਲਈ ਅੱਜ ਦਾ ਇੰਸੀਡੈਂਟ ਟੋਟਲ ਫੇਲੀਅਰ ਔਰ ਟੋਟਲ ਕੋਲੈਪਸ ਹੈ ਔਫ ਲਾਅ ਐਂਡ ਆਰਡਰ ਐਂਡ ਟੋਟਲ ਫੇਲੀਅਰ ਔਫ ਪੰਜਾਬ ਪੁਲਿਸ ਹੋਇਆ, ਔਰ ਇਹਦੇ 'ਚ ਜੋ ਰਲੀ ਮਿਲੀ ਭੁਗਤ ਹੈ ਕਿ ਹਾਓ ਦਿਸ ਵਨ ਪਰਸਨ, ਇਹਦੀ ਕਲੋਜ਼ਨੈਸ ਕਾਂਗਰਸ ਪਾਰਟੀ ਨਾਲ, ਜਿਹਨੇ ਪਹਿਲਾਂ ਵੀ 1984 'ਚ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅਟੈਕ ਕੀਤਾ, ਬੇਸ਼ਰਮਾ ਨੂੰ ਅੱਜ ਨਾ ਸ਼ਰਮ ਆਈ ਕਿ ਤੁਸੀਂ ਗੋਲੀ ਚਲਾਉਣ ਗਏ ਹੋ, ਤਾਂ ਤੁਸੀਂ ਫਿਰ ਸ਼੍ਰੀ ਹਰਿਮੰਦਰ ਸਾਹਿਬ ਦੀ ਨਾ ਸ਼ਰਮ ਆਈ, ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਦੀ ਨਾ ਸ਼ਰਮ ਆਈ? ਇਸ ਲਈ ਅੱਜ ਮੈਂ ਫਿਰ ਤੁਹਾਨੂੰ ਇਹ ਵਿਸ਼ਵਾਸ ਦਵਾਉਂਦਾ ਕਿ ਸਾਨੂੰ ਗੁਰੂ ਸਾਹਿਬ ਦੇ ਵੱਲੋਂ ਜੋ ਸੇਵਾ, ਗੁਰੂ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਸੇਵਾ ਲੱਗੀ ਹੈ, ਮਨ ਬਣਾਇਆ ਕਿ ਅਸੀਂ ਉਹ ਸੇਵਾ ਗੁਰੂ ਸਾਹਿਬ ਦੀ ਕਿਰਪਾ ਸਦਕੇ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਕਿ ਸਾਡੇ ਤੋਂ ਇਹ ਸੇਵਾ ਪੂਰੀ ਕਰਾ ਦੇ, ਜਿਹਨੇ ਸਾਡੇ ਗੋਲੀ ਮਾਰਨੀ ਆ, ਬੰਬ ਸਿੱਟਣਾ, ਜੋ ਕਰਨਾ ਕਰੇ, ਰੱਬ ਸਵਾਸ ਦੇਣ ਵਾਲਾ, ਰੱਬ ਸਵਾਸ ਬਖਸ਼ਣ ਵਾਲਾ, ਰੱਬ ਹੀ ਜਾਨ ਦੇਣ ਵਾਲਾ ਅਤੇ ਰੱਬ ਹੀ ਜਾਨ ਸਾਂਭਣ ਵਾਲਾ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਤੁਸੀਂ ਵੇਖਿਆ ਹੀ ਆ ਕਿ ਹਿੰਮਤ ਨਾਲ ਦਲੇਰੀ 'ਚ ਗੁਰੂ 'ਚ ਭੈ 'ਚ ਰਹਿੰਦੇ ਆ, ਇੱਕ ਮਿੰਟ ਵੀ ਦਸ ਤੋਂ ਮਸ ਨਹੀਂ ਹੋਏ। ਸਿਕਿਉਰਿਟੀ ਨੇ ਫਿਰ ਕੋਸ਼ਿਸ਼ ਕੀਤੀ ਕਿ ਜੀ ਇੱਥੋਂ ਲੈ ਜਾਓ ਲੈ ਜਾਓ ਲੈ ਜਾਓ, ਮੁੜ ਕੇ ਇਹੀ ਖਬਰ ਚਲਾਉਣੀ ਸੀ ਜੀ, ਵਿਸਟ ਵੇ ਲਿਜਾਣਾ ਪੈ ਗਿਆ। ਸੁਖਬੀਰ ਜੀ ਕਹਿੰਦੇ ਮੈਂ ਸੇਵਾ ਪੂਰੀ ਕਰੂੰਗਾ, ਭਾਵੇਂ ਮੇਰੇ ਗੋਲੀ ਲੱਗ ਜਾਏ, ਭਾਵੇਂ ਕੁਛ ਹੋ ਜਾਵੇ। ਉੱਥੋਂ ਹੀ ਸੇਵਾ ਪੂਰੀ ਕੀਤੀ, ਥੱਲੇ ਜਾ ਕੇ ਘੰਟਾ, ਇੱਕ ਘੰਟਾ ਕੀਰਤਨ ਸੁਣਨ ਦਾ ਸੀ, ਉਹ ਸਰਨ ਕੀਤਾ, ਫਿਰ ਜਾ ਕੇ ਬਰਤਨਾਂ ਦੀ ਸੇਵਾ ਕੀਤੀ, ਜੋ ਸੇਵਾ ਲੱਗੀ ਸੀ ਇੱਕ ਸੱਚੇ ਸਿੱਖ, ਇੱਕ ਸੱਚੇ ਗੁਰੂ ਦੇ ਦਾਸ ਹੋਣ ਦੇ ਨਾਤੇ, ਗੋਲੇ ਹੋਣ ਦੇ ਨਾਤੇ ਆਪਦੀ ਡਿਊਟੀ ਨਿਭਾ ਰਿਹਾ। ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉਹ ਨਿਭਾਊਗੀ, ਗਾਂ ਵੀ ਨਿਭਾਉਂਦੀ ਰਹੂਗੀ, ਮਗਰ ਦਿਸ ਇਜ਼ ਜਸਟ ਦ ਬਿਗਨਿੰਗ। ਇਹ ਤਾਂ ਇੱਕ ਚਿਹਰਾ ਬੇਨਕਾਬ ਹੋਇਆ, ਪਤਾ ਨਹੀਂ ਕਿੰਨੇ ਹੋਰ ਬੈਠੇ ਨੇ ਹਲੇ,
ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਔਰ ਸਾਨੂੰ ਟਾਰਗੇਟ ਕਰਨ ਲਈ ਕਿ ਪੰਜਾਬ 'ਚ ਮੋਡਰੇਟ ਲੀਡਰਸ਼ਿਪ ਬਚੇ ਨਾ ਅਤੇ ਪੰਜਾਬ ਨੂੰ ਮੁੜ ਕੇ ਬਸ ਫਿਰ ਉਹੀ ਕੰਮ ਚੱਲੇ ਜੋ ਪਹਿਲਾਂ ਚੱਲਦਾ ਸੀ।